ਬਹੁਤ ਆਪਕਾ ਬਹੁਤ ਬਹੁਤ ਸ਼ੁਕਰੀਆ, ਬਹੁਤ ਨਹੀਂ ਨਹੀਂ ਬਹੁਤ ਕੋਈ ਗੱਲ ਨਹੀਂ, ਸਾਡਾ ਥੈਂਕ ਯੂ ਫਰਜ਼ ਆਪਕਾ। ਜੀ ਸਾਡੀ ਭੈਣ ਆ ਹਾਂਜੀ, ਤੇ ਅਸੀਂ ਬਹੁਤ ਲੱਕੀ ਭਾਗਾਂ ਵਾਲੇ ਆ ਔਰ ਬਹੁਤ ਨੇਕ ਕੰਮ ਕਰ ਰਹੇ ਜੀ ਨਾ। ਮੈਦਾਨ ਦੀ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ, ਪਿਛਲੀ ਵੀ ਦੇਖੀ, ਹੁਣ ਵਾਲੀ ਵੀ ਅਸੀਂ ਥੋੜ੍ਹੀ ਅਟੈਚ ਕੀਤੀ ਆ ਨਾਲ, ਹੈ ਨਾ। ਅਤੇ ਇਹ ਨਾ ਉਸ ਟਾਈਮ ਮੰਮੀ ਦੀ ਡੈਥ ਹੋ ਗਈ ਸੀ, ਫਿਰ ਉਸ ਤੋਂ ਬਾਅਦ ਪਾਪਾ ਦੀ ਡੈਥ ਹੋ ਗਈ, ਇਕੱਲੀ ਹੀ ਘਰ 'ਚ ਰਹਿ ਰਹੀ ਸੀ 6 ਮਹੀਨਿਆਂ ਤੋਂ ਉੱਪਰ ਕਿਰਾਏ 'ਤੇ ਉਹ ਰਹਿੰਦੇ ਸੀ ਜਿਹੜੇ ਪ੍ਰਵਾਸੀ ਮਜ਼ਦੂਰ, ਅਤੇ ਥੱਲੇ ਰੂਮ ਦੇ ਵਿੱਚ ਹਿੰਨਾ ਸੀ, ਅਤੇ ਥੱਲੇ ਰੂਮ ਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਲੇਜ਼ ਦੇ ਪੈਕਟ ਅਤੇ ਕੋਕ ਦੀਆਂ ਬੋਤਲਾਂ ਖਾਲੀ ਕਰਕੇ ਰੱਖੀਆਂ ਸੀ। ਲੇਜ਼ ਹੀ ਖਾਂਦੀ ਸੀ ਜ਼ਿਆਦਾ, ਰੋਟੀ ਵੀ ਖਾਂਦੀ ਸੀ। ਅਤੇ ਇਹਨਾਂ ਦੀ ਮਾਸੀ ਅਤੇ ਮਾਮਾ ਜੀ ਅੱਜ ਲੈਣ ਆਏ ਨੇ, ਉੱਥੇ ਪਹਿਲਾਂ ਵੀ ਇਹਨਾਂ ਦੀ ਹੈਲਪ ਕਰਨ ਲਈ ਮਾਸੀ ਅਤੇ ਮਾਮਾ ਜੀ ਨੇ ਬਹੁਤ ਕੋਸ਼ਿਸ਼ ਕੀਤੀ, ਆਪਣੇ ਕੋਲ ਵੀ ਰੱਖਿਆ ਇਹਨੂੰ, ਪਰ ਕੁਛ ਕਰਮਾਂ ਦੇ ਗੇੜ ਆ, ਜਿਵੇਂ ਇੱਥੇ ਆਉਣਾ ਸੀ ਸਾਡੇ ਨਾਲ, ਤੁਹਾਡੇ ਨਾਲ ਸਾਰਿਆਂ ਨਾਲ ਕੰਸਰਨ ਬਣਨਾ ਸੀ, ਤਾਂ ਉੱਥੋਂ ਇਹ ਨਾਰਾਜ਼ ਹੋ ਕੇ ਘਰੇ ਆਪਦੇ ਵਾਪਸ ਘਰ ਆ ਗਏ ਭੱਜ ਕੇ ਜਲੰਧਰ ਤੋਂ। ਫਿਰ ਇਹ ਲੈਣ ਵੀ ਆਏ 2-3 ਵਾਰੀ, ਪਰ ਇਹ ਨਾਰਾਜ਼ ਹੋ ਜਾਂਦੀ ਸੀ ਆਪਣੇ ਮਾਮਾ ਜੀ ਨਾਲ ਅਤੇ ਮਾਸੀ ਨਾਲ, ਇਹਨਾਂ ਦੇ ਨਾਲ ਨਹੀਂ ਗਈ। ਅਤੇ ਇਸ ਤਰ੍ਹਾਂ ਟਾਈਮ ਨਿਕਲ ਗਿਆ, 5-6 ਮਹੀਨੇ ਨਿਕਲ ਗਏ, ਤਾਂ ਫਿਰ ਸਾਡੇ ਨਾਲ ਸੰਪਰਕ ਹੋਇਆ, ਸਾਨੂੰ ਦੱਸਿਆ ਗਵਾਂਢੀ ਨੇ ਵੀਰ ਨੇ, ਤਾਂ ਫਿਰ ਇਹਨਾਂ ਨੂੰ ਉੱਥੋਂ ਜਦੋਂ ਅਸੀਂ ਲੈਣ ਗਏ ਇਹਨਾਂ ਦੇ ਮਾਮਾ ਜੀ ਨੂੰ ਅਤੇ ਮਾਸੀ ਨੂੰ ਵੀ ਉੱਥੇ ਬੁਲਾਇਆ ਮੌਕੇ 'ਤੇ, ਇਹ ਵੀ ਆਏ, ਅਤੇ ਫਿਰ ਇਹਨਾਂ ਦੇ ਸੈਲਪ ਦੇ ਨਾਲ, ਇਹਨਾਂ ਦੀ ਸਪੋਰਟ ਦੇ ਨਾਲ ਫਿਰ ਅਸੀਂ ਇਹਨਾਂ ਨੂੰ ਇੱਥੇ ਲੈ ਆਏ, ਅਤੇ ਇਹਨਾਂ ਦੇ ਇੱਥੇ ਟ੍ਰੀਟਮੈਂਟ ਚੱਲਿਆ, ਅਤੇ ਇਹਨਾਂ ਤੁਹਾਡੀਆਂ ਦੁਆਵਾਂ ਅਤੇ ਅਰਦਾਸਾਂ ਨਾਲ ਬਿਲਕੁਲ ਠੀਕ ਆ, ਸਾਡੇ ਨਾਲ ਵੀ ਸੇਵਾ ਕਰਾਉਂਦੀ ਹੈ ਇੱਥੇ, ਇਹਨਾਂ ਬਹੁਤ ਚੰਗਾ ਨੇਚਰ ਆ ਇਹਨਾਂ ਦਾ, ਥੋੜ੍ਹੀ ਜਿਹੜੀ ਪ੍ਰੋਬਲਮ ਸੀਗੀ ਡਿਪਰੈਸ਼ਨ ਦੀ ਉਹ ਠੀਕ ਆ ਹੁਣ, ਅਤੇ ਹੁਣ ਇਹਨਾਂ ਆਪਣੇ ਮਾਮਾ ਜੀ ਅਤੇ ਮਾਸੀ ਜੀ ਦੇ ਨਾਲ ਘਰ ਚੱਲੇ ਨੇ। ਇਹਨਾਂ ਕਾਫੀ ਦਿਨਾਂ ਤੋਂ ਕਹਿ ਰਹੀ ਸੀ ਕਿ ਮੈਂ ਜਾਣਾ ਵਾਂ, ਮਾਮਾ ਜੀ ਨੂੰ ਮਾਸੀ ਜੀ ਨੂੰ ਵੀ ਕਿਹਾ ਸੀ ਮੈਨੂੰ ਲੈ ਕੇ ਜਾਓ, ਅਤੇ ਅੱਜ ਆਏ ਨੇ। ਸ਼ੁਕਰੀਆ, ਥੈਂਕ ਯੂ ਤੁਹਾਡਾ ਭੈਣ ਜੀ। ਤੁਹਾਡਾ ਕੀ ਨਾਮ ਭੈਣ ਜੀ? ਸਵਰਨਕਾਂਤ ਆ ਤੁਹਾਡਾ ਜੀ? ਗੁਲਸ਼ਨ ਕੁਮਾਰ, ਸੋਰੀ ਮੈਂ ਨਾਮ ਭੁੱਲ ਗਏ। ਆਪਾਂ ਕਿੰਨੀ ਤਰੀਕ ਨੂੰ ਰੈਸਕਿਊ ਕੀਤਾ ਸੀ ਤੁਹਾਨੂੰ ਪਤਾ ਜੀ? 26 ਅਗਸਤ 26 ਅਗਸਤ ਨੂੰ, ਅਤੇ 4 ਮਹੀਨੇ ਹੋ ਗਏ। ਹਾਂ, 4 ਮਹੀਨੇ ਹੋ ਗਏ ਨੂੰ ਸਾਡੇ ਕੋਲ ਆਈ ਨੂੰ, ਭੈਣ ਨੂੰ। ਜੀ ਜੀ ਨਹੀਂ, ਬਹੁਤ 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 ਸ਼ੁਕਰੀਆ। ਨਹੀਂ ਨਹੀਂ ਕੋਈ ਗੱਲ ਨਹੀਂ, ਸਾਡਾ ਫਰਜ਼ ਜੀ, ਸਾਡੀ ਭੈਣ ਆ, ਤੇ ਅਸੀਂ ਬਹੁਤ ਲੱਕੀ ਭਾਗਾਂ ਵਾਲੇ ਆ, ਬਹੁਤ ਨੇਕ ਕੰਮ ਕਰ ਰਹੇ। ਤੇ ਬਹੁਤ ਸਾਰੇ ਲੋਕਾਂ ਨੇ ਉਸ ਟਾਈਮ ਭੈਣ ਨੂੰ ਜਾਂ ਹੋਰਾਂ ਨੂੰ ਵੀ ਕਿਸੇ ਨੇ ਕਿਹਾ ਵੀ ਖਰੀ ਇਹਨਾਂ ਦੀ ਗਲਤੀ ਸੀ, ਪਰ ਅਸੀਂ ਇਹ ਗੱਲ ਕਲੀਅਰ ਕਰਨੀ ਚਾਹੁੰਦੇ ਹਾਂ, ਇਹਨਾਂ ਦੀ ਕੋਈ ਮਿਸਟੇਕ ਨਹੀਂ ਸੀ, ਕੁਛ ਕਰਮਾਂ ਦੀ ਗੱਲ, ਕੁਛ ਦੁੱਖ ਤਕਲੀਫਾਂ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਂਦੀਆਂ ਜਦੋਂ ਕਰਮਾਂ 'ਚ ਲਿਖੀਆਂ ਹੁੰਦੀਆਂ। ਇਹਨਾਂ ਨੇ ਆਪਦੇ ਵੱਲੋਂ ਕੋਸ਼ਿਸ਼ ਕੀਤੀ, ਪਰ ਇਹ ਕੋਈ ਡਾਕਟਰ ਨਹੀਂ ਸੀ, ਇਹ ਕੋਈ ਮਤਲਬ ਆਪਣੇ ਆਪ 'ਚ ਕੋਈ ਇਸ ਤਰ੍ਹਾਂ ਦਾ ਸਪੋਰਟਿਵ ਸਿਸਟਮ ਨਹੀਂ ਸੀ ਵੀ ਇਹਨੂੰ ਲੈ ਜਾਂਦੇ ਧੱਕੇ ਨਾਲ, ਫਿਰ ਜੇ ਧੱਕੇ ਨਾਲ ਲੈ ਜਾਂਦੇ ਤਾਂ ਉਹ ਵੀ ਠੀਕ ਨਹੀਂ ਸੀ, ਅਤੇ ਫਿਰ ਜਿਹੜਾ ਤੁਹਾਡੇ ਨਾਲ ਸਾਡੇ ਨਾਲ ਸਾਂਝ ਬਣਨੀ ਸੀ ਇਹਨਾਂ ਦੀ, ਉਹ ਕਿੱਦਾਂ ਬਣਦੀ? ਇਸ ਕਰਕੇ ਮੈਂ ਬੇਨਤੀ ਕਰਾਂਗਾ ਉਹਨਾਂ ਭੈਣਾਂ ਭਰਾਵਾਂ ਨੂੰ ਵੀ, ਜਿਹੜੇ ਆਪਾਂ ਕਈ ਵਾਰੀ ਆਪਾਂ ਆਪਦਾ ਹੀ ਇੱਕ ਫੈਸਲਾ ਲਾ ਬਣਾ ਲੈਂਦੇ ਹਾਂ ਵੀ ਇੱਦਾਂ ਨਹੀਂ ਤਾਂ ਇੱਦਾਂ ਹੀ ਹੋਊ, ਆਪਾਂ ਹੀ ਆਪਣੀ ਇੱਕ ਜੋੜ ਲੈਂਦੇ ਦਿਮਾਗ ਦੀ ਗੱਲ ਵੀ ਇਸ ਤਰ੍ਹਾਂ ਕੀਤਾ ਹੋਊ, ਉਸ ਤਰ੍ਹਾਂ ਕੀਤਾ ਹੋਊ। ਪਰ ਇਹਨਾਂ ਦੀ ਫੈਮਿਲੀ ਦੇ ਵਿੱਚ ਉਹਦੇ ਮਾਮਾ ਜੀ ਅਤੇ ਮਾਸੀ ਜੀ ਦਾ ਅਸੀਂ ਧੰਨਵਾਦ ਹਾਂ ਵੀ ਜਿਹੜੇ ਉਹਨਾਂ ਦੀ ਸਪੋਰਟ ਕਰ ਰਹੇ ਨੇ, ਅੱਜ ਵੀ ਬੱਚੀ ਨੂੰ ਇੱਥੋਂ ਲੈਣ ਲਈ ਆਏ ਨੇ। ਅਤੇ ਨਹੀਂ ਤਾਂ ਸਾਡੇ ਕੋਲ ਬਹੁਤ ਸਾਰੀਆਂ ਭੈਣਾਂ, ਵੀਰ, ਬਾਪੂ, ਬਜ਼ੁਰਗ, ਬੱਚੇ ਇੱਦਾਂ ਦੇ ਨੇ ਜਿਨ੍ਹਾਂ ਦਾ ਸਾਰਾ ਕੁਛ ਹੈਗਾ, ਹੁੰਦਿਆਂ ਹੋਇਆਂ ਵੀ ਕੋਈ ਨਹੀਂ ਪੁੱਛਣ ਆਉਂਦਾ, ਕੋਈ ਲੈਣ ਨਹੀਂ ਆਉਂਦਾ, ਕੋਈ ਦੇਖਣ ਵੀ ਨਹੀਂ ਆਉਂਦਾ, ਅਤੇ ਹਰ ਮਹੀਨੇ ਆਉਂਦੇ ਨੇ ਦੇਖਣ, ਮਿਲਦੇ ਰਹੇ, ਜਿਹਦੇ ਕਰਕੇ ਇਹਨਾਂ ਤਾਂ ਹੀ ਠੀਕ ਹੋਈ। ਕਿਉਂਕਿ ਇਨਸਾਨ ਨੂੰ ਕੋਈ ਵਿਜ਼ਨ ਚਾਹੀਦਾ, ਕੋਈ ਮੰਜ਼ਿਲ ਚਾਹੀਦੀ ਆ ਵੀ ਮੈਂ ਟੀਚਾ ਚਾਹੀਦਾ, ਮੈਂ ਉੱਥੇ ਜਾਣਾ, ਤਾਂ ਹੀ ਪਹੁੰਚਦਾ। ਅਤੇ ਅੱਜ ਉਸੇ ਸਪੋਰਟ ਕਰਕੇ ਅੱਜ ਇਹਨਾਂ ਆਪਣੇ ਘਰ ਜਾ ਰਹੀ ਹੈ। ਅਰਦਾਸ ਕਰਿਓ
ਇਹਨਾਂ ਮੈਦਾਨ ਸਾਡੀ ਬਿਲਕੁਲ ਚੰਗੇ ਮੈਦਾਨ ਮਾਰੇ, ਵਧੀਆ ਜ਼ਿੰਦਗੀ ਬਤੀਤ ਕਰੇ, ਹੈ ਨਾ। ਆਲ ਦਾ ਬੈਸਟ ਹੈ ਨਾ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।